ਜ਼ਮੀਨ ਦਾ ਮਾਲਕ ਹੈ ਜੀ। ਇਹ ਰਾਤ ਨੂੰ ਪੱਟ ਹੁੰਦੀ ਅਤੇ ਅਸੀਂ ਨਾ ਇੱਥੇ ਰਾਖੀ ਕਰ ਸਕਦੇ ਜੀ, ਨਾ ਅਸੀਂ ਰਾਤ ਨੂੰ ਆ ਕੇ ਦੇਖ ਸਕਦੇ ਜੀ। ਜੰਗਲੀ ਏਰੀਆ ਹੈ, ਜਦੋਂ ਵੀ ਅਸੀਂ ਆਉਂਦੇ ਤਾਂ ਉਹ ਇੱਥੋਂ ਪਹਿਲਾਂ ਹੀ ਭੱਜ ਜਾਂਦੇ, ਉਹਨਾਂ ਨੇ ਬੰਦੇ ਖੜਾਏ ਹੁੰਦੇ ਜੀ। ਕੱਲ੍ਹ ਮੈਂ ਪੁਲਿਸ ਪ੍ਰਸ਼ਾਸਨ ਕੋਲ ਗਿਆ ਸੀ ਅਤੇ ਉਹ ਕਹਿੰਦੇ ਜਿਹੜਾ ਪਰਚਾ ਹੈ ਉਹ ਮਾਲਕ 'ਤੇ ਹੋਊਗਾ, ਜੇ ਆਪਣੀ ਜ਼ਮੀਨ ਦੀ ਰਖਵਾਲੀ ਨਹੀਂ ਕਰੂੰਗੇ। ਅਤੇ ਅਸੀਂ ਸ਼ੱਕ ਦੇ ਤੌਰ 'ਤੇ ਜੀ ਹੇਮਰਾਜ ਪੁੱਤਰ ਰਾਮ ਜੀ ਦਾਸ ਪਿੰਡ ਦਬੂੜ, ਉਹਨਾਂ ਦੇ ਸ਼ੱਕ ਦੇ ਤੌਰ 'ਤੇ ਜੀ ਦੱਸਦੇ ਹਾਂ ਜੀ। ਉਹਨਾਂ ਦੀਆਂ ਮਸ਼ੀਨਾਂ ਇੱਧਰ ਆਉਂਦੀਆਂ ਹੈ ਅਤੇ ਉਹ ਜਾਂਦੀਆਂ ਹੈ, ਅਸੀਂ ਤਾਂ ਉਹਨਾਂ ਦਾ ਸ਼ੱਕ ਕਰ ਸਕਦੇ ਜੀ। ਸਰ, ਮੇਰਾ ਨਾਂ ਰਾਜਕੁਮਾਰ ਹੈ, ਪਿੰਡ ਰਾਮਪੁਰ ਹਿਮਾਚਲ ਪ੍ਰਦੇਸ਼ ਦਾ ਮੈਂ ਰਹਿਣ ਵਾਲਾ। ਇਹ ਜਿਹੜੀ ਜ਼ਮੀਨ ਹੈ 34 ਕਨਾਲ 6 ਮਰਲੇ, ਇਹ ਮੈਂ ਮੱਖਣ ਸਿੰਘ ਵਗੈਰਾ ਦਬੂੜ ਤੋਂ ਲਈ ਹੈ ਜੀ। ਇਹ ਕੁਛ ਜ਼ਮੀਨ ਤਾਂ ਮੇਰੀ ਜਿਹੜੀ ਹੈ ਖੱਡ ਜਿੱਥੇ ਪਾਣੀ ਚੱਲਦਾ ਉਹਦੇ ਵਿੱਚ ਆਉਂਦੀ ਹੈ, ਅਤੇ ਕੁਛ ਜ਼ਮੀਨ ਜਿਹੜੀ ਹੈ ਖੱਡ ਤੋਂ ਬਾਹਰ ਹੈ, ਹਿਮਾਚਲ ਨੂੰ ਟੱਚ ਹੁੰਦੀ ਹੈ, ਜਿਹਦੇ ਕਰਕੇ ਮੈਂ ਇਸ ਜ਼ਮੀਨ ਨੂੰ ਲਿਆ। ਅਸੀਂ ਦੋ ਭਰਾਵਾਂ ਨੇ ਇਕੱਠੇ ਹੋ ਕੇ ਜ਼ਮੀਨ ਲਈ ਹੈ ਜੀ। ਮੈਂ ਆਪਣੇ ਛੋਟਾ ਮੋਟਾ ਕਾਰੋਬਾਰ ਕਰਦਾ, ਆਪਣੇ ਕੰਮ 'ਚ ਵਿਅਸਤ ਰਹਿੰਦਾ ਜੀ। ਹੈਂਡੀਕੈਪ ਬੰਦਾ ਮੈਂ, ਬਹੁਤਾ ਮੇਰੇ ਕੋਲ ਵਿਵਸਾਏ ਮੇਰਾ ਹੈ ਨਹੀਂ ਹੈ। ਜਦੋਂ ਮੈਂ ਵੈਸੇ ਹੀ ਇੱਕ ਆਮ ਤੌਰ 'ਤੇ ਮੈਂ ਆਪਣੀ ਜ਼ਮੀਨ ਵੱਲ ਘੁੰਮਣ ਆਇਆ ਤਾਂ ਮੈਂ ਦੇਖਿਆ ਇਹਦੇ 'ਚ ਮਾਈਨਿੰਗ ਹੋਈ ਵੀ ਤੀ। ਮੈਂ ਸ਼ੱਕ ਤੌਰ 'ਤੇ ਬੰਦੇ ਨੂੰ ਪੁੱਛਿਆ, ਦਾਰਾ ਸਿੰਘ ਹੈ ਇੱਕ ਪ੍ਰਧਾਨ, ਉਹਦੇ ਮੁਨਸ਼ੀ ਨੂੰ, ਕਿ ਬਈ ਇਹ ਜ਼ਮੀਨ ਤੁਸੀਂ ਪੱਟੀ ਹੈ? ਤਾਂ ਉਹਨੇ ਮੈਨੂੰ ਜਵਾਬ ਦਿੱਤਾ ਕਿ ਵੀ ਮੈਂ ਮੁਨਸ਼ੀ ਪਾਣੇ ਤੋਂ ਹਟ ਚੁੱਕਿਆ, ਪਰ ਜ਼ਮੀਨ ਜਿਹੜੀ ਆ ਉਹ ਸਾਡੀਆਂ ਗੱਡੀਆਂ ਹੀ ਇੱਥੇ ਲੱਗੀਆਂ ਸੀਗੀਆਂ। ਮੈਂ ਦਾਰਾ ਸਿੰਘ ਦਾ, ਮੈਨੂੰ ਆਪਣੇ ਆਪ ਹੀ ਫੋਨ ਆਇਆ ਕਿ ਵੀ ਤੂੰ ਖੱਡ 'ਚ ਗਿਆ, ਕਿਆ ਗੱਲ ਹੋਈ? ਮੈਂ ਉਹਨੂੰ ਦੱਸਿਆ ਵੀ ਭਾਈ ਮੇਰੀ ਜਿਹੜੀ ਜ਼ਮੀਨ ਆ ਉਹ ਪੱਟੀ ਗਈ, ਤੂੰ ਪੱਟੀ ਹੈ? ਉਹਨੇ ਮੈਨੂੰ ਜਵਾਬ ਦਿੱਤਾ ਵੀ ਫਿਰ ਕਿਆ ਹੋ ਗਿਆ, ਜੇ 5-4 ਗੱਡੀਆਂ ਮੈਂ ਤੇਰੀਆਂ ਚੱਕ ਲਈਆਂ? ਤਾਂ ਉਲਟਾ ਉਹ ਮੈਨੂੰ ਹੋਰ ਤਰੀਕੇ ਨਾਲ ਗੱਲ ਕਹਿਣ ਲੱਗਿਆ ਕਿ ਤੂੰ ਕਰ ਲਈ ਜੋ ਕਰਨਾ, ਸਰਕਾਰ ਸਾਡੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ, ਅਸੀਂ ਬਥੇਰਾ ਸਹਿਯੋਗ ਆਮ ਆਦਮੀ ਪਾਰਟੀ ਨੂੰ ਕੀਤਾ, ਅਸੀਂ ਜਿਹੜੇ ਸਾਡੇ ਇੱਥੇ ਮੰਤਰੀ ਸਾਹਿਬ, ਇਹਨਾਂ ਨਾਲ ਸਾਡੀ ਚੰਗੀ ਸਾਂਠਗਾਂਠ ਹੈ। ਮੈਂ ਉਹਨਾਂ ਨੂੰ ਕਿਹਾ ਵੀ ਇਹ ਜਿਹੜੀ ਚੀਜ਼ਾਂ ਹੈ ਇਹ ਤੁਸੀਂ ਗਰੀਬ ਬੰਦੇ ਨੂੰ ਦਬਾਉਣ ਵਾਸਤੇ ਜਿਹੜੀ ਹੈ ਰਾਜਨੀਤੀ ਨਹੀਂ ਹੁੰਦੀ, ਰਾਜਨੀਤੀ ਚੰਗੇ ਕੰਮਾਂ ਵਾਸਤੇ ਹੁੰਦੀ ਹੈ। ਤੁਸੀਂ ਮੈਨੂੰ ਦਬਾ ਕੇ ਜੇ ਮੇਰੀ ਜ਼ਮੀਨ 'ਚੋਂ 20-50 ਟਿੱਪਰ ਚੱਕ ਲਓਗੇ, ਤੁਹਾਨੂੰ ਕਿੰਨਾ ਕੁ ਜ਼ਿਆਦਾ ਮੁਨਾਫਾ ਹੋ ਜਾਣਾ। ਉਹਨਾਂ ਨੇ ਕਿਹਾ, ਦਾਰਾ ਸਿੰਘ ਕਿੱਥੇ ਦਾ ਰਹਿਣ ਵਾਲਾ ਹੈ? ਸਰ, ਇਹ ਰਾਮਪੁਰ ਦਾ ਹੀ ਰਹਿਣ ਵਾਲਾ ਹੈ ਜੀ। ਜਦੋਂ ਇਹ ਜ਼ਮੀਨ
मैं खुद पहला मैं मेरे को भी सी गड्डी जी मैं दारा सिंह को भी भरदा हुंदा सी यही जमीन चो वो कम से कम जिथे इन्होंने खनन किया उ 25-30 फुट थले तक कहिंदा वी मैं इत्थों तक पट्टण वास्ते लई है। अज जनाब मैं मुल ले ली अज मेरी जमीन वो कहिंदा तेरी जमीन तो है ही 100 फुट है तेरी जमीन है इत्थे है नहीं जबकि 34 कनाल मेरे हिसाब नाल कि 17 बिघे हो गए 17 बिघे जनाब मेरी जमीन पूरी किसी पासे भी नहीं हुंदी जबकि उपरले पासे भी जमीन इहदी है थले पासे भी जमीन इहदी है ये अपनी जमीन च भी खनन कर रहा रास्ता मेरी जमीन चो बनाया इन्होंने। जिहड़ा तुसीं देखिया कि जिहड़ा पंजाब दे विच जिहड़ा खनन हो रहा है जिहदी आड़ च खनन हो रहा वो ये जगह है ये जिहड़ी सारी जमीन है मलकीत जमीन नहीं हैगी शामलाट है हिमाचल गौरमेंट की जमीन है जिहदे विच खनन हो रहा है इत्थों माल जांदा जिहदा कहा जाता है भी हिमाचल तो माल आंदा है और जिहदे भुलेखे दे विच पंजाब च खनन हुंदा है। के रामपुर जो आप बता रहे हैं ये पहले भी इसके बारे में हमें बताया गया था कि थोड़ा एरिया है जहाँ पर खनन किया जाता है और दोबारा आप लोगों ने बता दिया है इस पर निश्चित तौर पर कार्रवाई की जाएगी। आज से पहले भी हमारे विभाग द्वारा जब जब हमारे कानों में ऐसी बातें आई हैं कि वहाँ पर खनन हो रहा है मौके पर जाकर कार्रवाई की जाती है और इससे रिलेटेड काफ़ी चालान किए गए हैं या मौके पर जो भी कार्रवाई बनती है वो की जा रही है और दोबारा आपने ये डाल दिया हमारे काम में तो इस पर निश्चित तौर पर कार्रवाई की जाएगी निश्चित तौर पर एक दो दिन में आपके पास कार्रवाई की जाएगी।